अज हाथ भी नहीं लाउन दिंदा, वेखो मारदा चुंझा वेखो। हाँ जी, की हाल आ सारे दा, होर सारे वधिया हो। तो आप मास्टर केज किया बजीज बैठने लिए थोड़ा जहा काम के काबल, आप थोनू दिखाया नहीं। तो आप गए थे कल मुक्तसर नवें जानवर लैन, थोनू पता ही आज थोनू दिखाइए। फिर चलते आप अंदर, जोड़ा आप बजीज के लिए बैठने लिए किया जगाड़मेंट दिखाने थोनू। आप बजीज बैठने लिए आप एक दाह लाया, शेंगल का टायर लाता, इतने घूमता तो उपर बैठ जाते हैं। तो एक आप लाई इधरले पासे स्टिक, एक लाता टायर। तो बाकी अज आप दूजे नवे खुडे च भी जिहड़ा कल पेयर लैके आए हैं मंबोली चिड़िया का, उन्हां वास्ते कुजा लाउणा ब्रीडिंग लई। तो आप कुजा लभदे आ, तो अपने कोले जिहड़ा बजीज का जोड़ा वह तो अपने कोले बच्चे ही आ हजे। हाँ जी, आपां नूं कुजा मिल गया, आपां नूं चाहिए से एक दे पर मिल गया, हुण आपां नूं दो। आपां इह दोनों ही लै चलदे आ, तो दोनों का इन्हां नूं करदे आ साफ, तो कल दे कढ़दे इन्हां च होल। आपां दोनों दे विच कुजे आपां नूं मिल गया, हुण आपां इन्हां च कर लगे आ होल। होल करके फिर जमांगे टांग, होल करता आप हुण इहनू उत्तों बन के ढक दिंदे आ, लमका दिंदे आ, तुहानू बन के फिर दिखाउणे आप। हाँ जी, आप बन्ने एक दो वारी कपड़ा, पर आप तो उपरों खुल गया, लोट नहीं आया। तो बापू करके दिंदा सैट, बापू ने भी आह चीज़ों का बहुत शौक आ। बापू ने पहला चीज़ा रखिया, तो उदो बाद हम आप रख लिया घर बच्चे अपने। जी, अपना कुजा भी हो गया बन के रेडी, हूँ बंध गए बच्चे, तो दिखाने थोनू। ਕੁੱਜਾ ਆਪਾਂ ਬੰਦ ਤਾਂ ਕਰੋ ਚੈੱਕ ਤੁਸੀਂ। ਅਤੇ ਮੰਗੋਲੀ ਚਿੜੀਆਂ ਦਾ ਆਪਣੇ ਕੋਲ ਵੱਡਾ ਪਿਆਰ ਹੀ ਆ, ਅਤੇ ਬੱਜੀ ਦੇ ਤਾਂ ਆਪਣੇ ਕੋਲ ਬੱਚੇ ਹੀ ਹਜੇ। ਤੁਹਾਨੂੰ ਆਪਾਂ ਦੱਸਿਆ ਜਿਹੜੇ ਨਵੇਂ ਨਿਕਲੇ ਆਪਾਂ ਉਹ ਉੱਧਰੋਂ ਲੈ ਕੇ ਆਏ ਸੀ। ਇੱਕ ਕੁੱਜਾ ਤਾਂ ਆਪਾਂ ਵੈਸੇ ਪਹਿਲੇ ਬੰਨਤਾ ਸੀ, ਇੱਕ ਆਪਾਂ ਹੋਰ ਬੰਨਤਾ, ਜਿਹੜੇ ਜਿਹਨਾਂ ਨੂੰ ਚੰਗਾ ਲੱਗਿਆ ਉੱਧਰ ਬਰੀਡਿੰਗ ਕਰ ਲੈਣਗੇ। ਇਹ ਆਪਣੇ ਕੋਲ ਹਜੇ ਛੋਟੇ ਬੱਚੇ ਹੀ ਆ ਬੱਜੀ ਦੇ। ਅਤੇ ਬਾਕੀ ਆਪਾਂ ਅੱਜ ਕਬੂਤਰ ਦੇ ਵੀ ਟੇਪ ਲਾਉਣੀ ਆ ਖੰਭਾਂ ਦੇ, ਆਪਣੇ ਕੋਲ ਜਾਲ ਹੈ ਨਹੀਂ। ਜਦੋਂ ਨਿਊ ਕਬੂਤਰ ਲਿਆ ਦਿਓ ਉਦੋਂ ਨਾਲ ਜਾਲ ਵੀ ਲਿਆਵਾਂਗੇ ਫਿਰ, ਅਤੇ ਇਹਨਾਂ ਨੂੰ ਜਾਲ 'ਚ ਪਾ ਕੇ ਬਾਹਰ ਘਰਦੇ ਕਰਾਂਗੇ ਪੱਕੇ। ਅਤੇ ਹੁਣ ਭਾਲਦੇ ਹਾਂ ਟੇਪ ਇਹਦੇ ਖੰਭਾਂ 'ਤੇ ਲਾਉਣ ਲਈ। ਆਪਾਂ ਨੂੰ ਚੇਪੀ ਮਿਲ ਗਈ ਇਹਦੇ ਖੰਭਾਂ 'ਤੇ ਲਾਉਣ ਲਈ, ਅਤੇ ਫੜਨ ਤੋਂ ਪਹਿਲਾਂ ਇਹਨੂੰ ਤੁਸੀਂ ਇਹਦਾ ਰਿਐਕਸ਼ਨ ਦੇਖੋ, ਕੱਲ੍ਹ ਕਿੰਨਾ ਡਰਦਾ ਹੈ ਜਦੋਂ ਆਇਆ ਸੀ, ਅਤੇ ਅੱਜ ਹੱਥ ਨਹੀਂ ਲਾਉਣ ਦਿੰਦਾ ਅੱਗੋਂ ਮਾਰਦਾ। ਹੁਣ ਇਹਦੇ ਖੰਭਾਂ 'ਤੇ ਲਾਉਣੇ ਆਪਾਂ ਚੇਪੀ, ਇਹਨੂੰ ਲਾ ਕੇ ਚੇਪੀ ਦਿਖਾਉਣੇ ਆ। ਚੇਪੀ ਆਪਾਂ ਇਹਦੇ ਖੰਭਾਂ 'ਤੇ ਲਾਤੀ ਅਤੇ ਖੁੱਡੇ 'ਚੋਂ ਆਪਾਂ ਇਹਨੂੰ ਬਾਹਰ ਲਿਆਂਦਾ। ਹੁਣ ਆਪਾਂ ਇਹਨੂੰ ਇੱਕ ਦੋ ਘੰਟੇ ਬਾਹਰ ਛੱਡਾਂਗੇ, ਇਸ ਤਰ੍ਹਾਂ ਡੇਲੀ ਛੱਡਾਂਗੇ ਹਫ਼ਤਾ। ਜਦੋਂ ਘਰ ਦਾ ਪੱਕਾ ਹੋ ਗਿਆ ਫਿਰ ਆਪਾਂ ਇਹਨੂੰ ਡਾਵਾਂਗੇ, ਵੇਖਾਂਗੇ ਘਰੇ ਰਹਿੰਦਾ ਜਾਂ ਭੱਜਦਾ। ਬਾਕੀ ਇਹਨੂੰ ਹੁਣ ਆਪਾਂ ਘੰਟਾ ਦੋ ਘੰਟੇ ਛੱਡਾਂਗੇ ਬਾਹਰ, ਬਾਅਦ 'ਚ ਅੰਦਰ ਕਰਕੇ ਇਹਨੂੰ ਆਪਾਂ ਦਾਣੇ ਦੂਣੇ ਪਾਵਾਂਗੇ, ਤੁਹਾਨੂੰ ਦਿਖਾਵਾਂਗੇ। ਚੱਲ 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 ਖੁੱਡੇ ਵੱਲ, ਆਪਣੇ ਕਬੂਤਰ ਨੂੰ 2-2.5 ਘੰਟੇ ਹੋ ਗਏ ਬਾਹਰ ਫਿਰਦੇ ਨੂੰ। ਆਪਾਂ ਇਹਨੂੰ ਛੇਕ ਦੇਣਾ ਇਸ ਤਰ੍ਹਾਂ ਛੱਡਾਂਗੇ ਬਾਹਰ, ਅਤੇ ਛੇਕ ਦੇਣਾ ਬਾਅਦ ਆਪਾਂ ਜੀ ਚੇਪੀ ਖੋਲ੍ਹ ਕੇ ਇਹਨੂੰ ਆਪਾਂ ਉਡਾਵਾਂਗੇ। ਬਾਕੀ ਆਪਾਂ ਉੱਧਰ ਨੂੰ ਹੋਰ ਵੀ ਕਬੂਤਰ ਲਿਆਵਾਂਗੇ, ਦੇਖਾਂਗੇ ਆਪਾਂ 6 ਦਿਨਾਂ ਦੇ ਵਿੱਚ ਵਿੱਚ ਇਹ ਘਰ ਦਾ ਪੱਕਾ ਹੁੰਦਾ ਜਾਂ ਨਹੀਂ ਪੱਕਾ ਹੁੰਦਾ। ਬਾਕੀ ਇਹਨੂੰ ਆਪਾਂ ਖੁੱਡੇ 'ਚ ਤਾੜ ਕੇ ਹੁਣ ਪਾ ਦਿੰਦੇ ਹਾਂ ਦਾਣੇ। ਹਾਂਜੀ, ਆਪਾਂ ਕਬੂਤਰ ਵੀ ਤਾੜਤਾ, ਅਤੇ ਬਾਕੀ ਇਹਨਾਂ ਦੀ ਖੁਰਾਕ ਵੀ ਪਾਤੀ ਆ, ਕਬੂਤਰ ਨੂੰ ਵੀ ਕਣਕ ਪਾ ਦੀ ਆ, ਭਿਉਂਗੇ ਪਾਉਣੇ ਹੁੰਦੇ ਆਪਾਂ, ਅਤੇ ਤਾੜਤਾ ਕਬੂਤਰ। ਅਤੇ ਹੁਣ ਮਿਲਦੇ ਹਾਂ ਕੱਲ੍ਹ ਨੂੰ ਆਪਾਂ ਨਵੇਂ ਕਿਸੇ ਬਲੌਗ 'ਚ, ਅਤੇ ਨਵੇਂ ਜਾਨਵਰ ਲੈ ਕੇ ਆਉਂਦੇ ਇੱਕ ਅੱਧੇ ਨਵੇਦੀ, ਕਬੂਤਰ ਵੀ ਲੈ ਕੇ ਆਉਂਦੇ ਹਾਂ ਅਤੇ ਹੋਰ ਵੀ ਚਿੜੀਆਂ ਵੀ ਲੈ ਕੇ ਆਉਂਦੇ ਹਾਂ। ਮਿਲਦੇ ਅਗਲੇ ਬਲੌਗ ਵਿੱਚ।